ਕੈਨੇਡਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਹਰਜੀਤ ਗਰੇਵਾਲ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਵਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਜਿਹੜਾ ਪਿੱਠ ਸਿਆਪਾ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਅੱਜ ਅੰਮਸਰ ਵਿੱਚ ਵੀ ਜਿਹੜਾ ਕਿ ਅਜੇ ਕੁਮਾਰ ਜਿਹੜੇ ਕਿ ਨੌਜਵਾਨ ਨੇ ਉਹਨਾਂ ਵੱਲੋਂ ਵੀ ਇੱਕ ਵੱਖਰੇ ਤਰੀਕੇ ਨਾਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਅਜੇ ਜੀ ਨਾ ਅਜੇ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਟਾਰ ਕੈਨੇਡਾ ਟੀਵੀ 'ਚ ਮੈਂ ਧੰਨਵਾਦ ਕਰਦਾ ਜੀ ਸਟਾਰ ਕੈਨੇਡਾ ਦਾ ਚੈਨਲ ਦਾ ਜਿਨ੍ਹਾਂ ਨੇ ਸਾਨੂੰ ਮਾਨ ਬਖਸ਼ਿਆ ਅਤੇ ਹਮੇਸ਼ਾ ਹੀ ਇਹਨਾਂ ਨੇ ਸੱਚੀਆਂ ਤੇ ਸਾਫ਼ ਸੁਥਰੀਆਂ ਖਬਰਾਂ ਦਿਖਾਈਆਂ ਤੇ ਇਮਾਨਦਾਰੀ ਦੇ ਨਾਲ ਇਹ ਚੈਨਲ ਚੱਲਦਾ ਤੇ ਪੂਰਾ ਦੇਸ਼ ਤੇ ਪੰਜਾਬ ਦੇ ਲੋਕ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ। ਜੀ ਤੁਹਾਡੇ ਵੱਲੋਂ ਅੱਜ ਕਿਸ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਅਸੀਂ ਦੇਖਿਆ ਵੀ ਵੱਖ-ਵੱਖ ਤਰੀਕਿਆਂ ਜਿਹੜੇ ਖੋਤੇ ਜਿਹੜੇ ਲੈ ਕੇ ਗਏ ਕੀ ਸੀ ਤੁਹਾਡਾ ਇਹ ਮਕਸਦ ਜਿਹੜਾ ਪ੍ਰਦਰਸ਼ਨ ਕਰਨ ਦਾ ਅਤੇ ਕਿਸ ਤਰ੍ਹਾਂ ਤੁਸੀਂ ਪ੍ਰਦਰਸ਼ਨ ਕੀਤਾ ਗਿਆ। ਤੁਹਾਨੂੰ ਪਤਾ ਹੋਏਗਾ ਕਿ ਅਸੀਂ ਪਿਛਲੇ 2 ਮਹੀਨਿਆਂ ਤੋਂ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਤੇ ਪ੍ਰਦਰਸ਼ਨ ਕਰੀ ਜਾ ਰਹੇ ਕਰੀ ਜਾ ਰਹੇ ਕਰੀ ਜਾ ਰਹੇ ਪਹਿਲਾ ਹੀ ਮੋਦੀ ਸਰਕਾਰ ਜੀ ਦਾ ਪੁਤਲਾ ਸਾਲਿਆ ਸੀ ਉਹਨਾਂ ਨੂੰ ਫੇਰ ਵੀ ਸ਼ਰਮ ਨਹੀਂ ਆਈ ਫਿਰ ਅਸੀਂ ਮੋਦੀ ਸਰਕਾਰ ਨੂੰ ਜੁੱਤੀਆਂ ਦਾ ਹਾਰ ਪਾਇਆ ਸੀ ਇਹਨਾਂ ਨੂੰ ਫੇਰ ਵੀ ਸ਼ਰਮ ਨਹੀਂ ਆਈ ਫਿਰ ਮੋਦੀ ਸਰਕਾਰ ਦੀ ਅਰਥੀ ਗੱਡੀ ਇਹਨਾਂ ਨੂੰ ਫੇਰ ਵੀ ਸ਼ਰਮ ਨਹੀਂ ਆਈ ਫਿਰ ਅਸੀਂ ਸੋਚਿਆ ਕਿ ਕੋਈ ਕਿਉਂ ਨਾ ਕੋਈ ਨਵਾਂ ਤਰੀਕਾ ਪਜਾ ਮ ਆ ਜਾਵੇ ਕਿ ਜਿਹੜੇ ਇਹਨਾਂ ਨੂੰ ਸ਼ਰਮ ਆ ਜਾਵੇ ਤੇ ਅੱਜ ਜਿਹੜੇ ਸਾਡੇ ਅੰਬਰਸਰ ਦੇ ਨੌਜਵਾਨ ਬਜ਼ੁਰਗ ਜਿਨ੍ਹਾਂ 'ਚ ਜੋਸ਼ ਵੀ ਆ ਤੇ ਜਿਨ੍ਹਾਂ 'ਚ ਹੌਸ਼ ਵੀ ਆ ਉਹਨਾਂ ਦੇ ਹੌਸਲੇ ਤੇ ਜੋਸ਼ ਦੇ ਨਾਲ ਅਸੀਂ ਸੋਚਿਆ ਕਿ ਕਿਉਂ ਨਾ ਤਿੰਨ ਖੋਤੇ ਲਿਆਂਦੇ ਜਾਣ ਕਿਉਂਕਿ ਖੋਤੀ ਸਰਕਾਰ ਨੂੰ ਜਗਾਣਾ ਹੈ ਤੇ ਖੋਤੇ ਤੇ ਬਿਠਾਣਾ ਹੀ ਪੈਣਾ ਹੈ ਤੇ ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਖੋਤੇ ਤੇ ਬਿਠਾਇਆ ਅਡਾਨੀ ਆਬਾਨੀ ਨੂੰ ਖੋਤੇਆਂ ਤੇ ਬਿਠਾਇਆ ਕਿਉਂਕਿ ਜਿਹੜੇ ਚਮਚੇ ਆ ਇਹ ਵੀ ਨਾਲ ਹੋਣੇ ਚਾਹੀਦੇ ਆ ਤੇ ਜਿਹੜਾ ਆਪਣਾ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਇਹਨੂੰ ਘੋੜੇ ਦੇ ਉੱਤੇ ਲਾਇਆ ਜੀ ਇਹ ਘੋੜਾ ਇਸ ਟਾਈਮ ਉਹੀ ਚਲਾ ਰਿਹਾ ਜੀ ਰੇੜੇ ਤੇ ਸਾਡੇ ਨੌਜਵਾਨਾਂ ਨੇ ਪ੍ਰਦਰਸ਼ਨ ਕੀਤਾ ਕਿਉਂਕਿ ਅੱਜ ਦੇਖੋ ਕਰੋਨਾ ਕਾਲ ਇਹ ਕਹਿ ਰਿਹਾ ਜੀ ਕਰੋਨਾ ਕਾਲ ਦੇ ਨਾਲ ਬਹੁਤ ਘਾਟਾ ਹੋ ਰਿਹਾ ਬੋਟ ਘਾਟਾ ਹੋ ਰਿਹਾ ਤੇ ਤੇ ਪੂੰਜੀਪਤੀਆਂ ਨੂੰ ਇਹ ਫਾਇਦੇ ਦੀਵਾਨ ਮਸਤੀ ਪੈਟਰੋਲ ਨੂੰ ਦੇਖੋ ਅੱਜ ਲੈ ਗਿਆ 86 ਦੇ ਪਾਰ ਜਿਹੜਾ ਕਿ 72 ਰੁਪਏ ਹੁੰਦਾ ਸੀ ਜੁਲਾਈ ਮਹੀਨੇ ਤੱਕ ਤੇ 5 ਮਹੀਨਿਆਂ ਦੇ ਅੰਦਰ ਇਹਨਾਂ ਨੇ 3 ਲੱਖ ਕਰੋੜ ਤੋਂ ਵੀ ਜ਼ਿਆਦਾ ਇਹਨਾਂ ਨੇ ਜਨਤਾ ਕੋ ਟੈਕਸ ਲੈ ਕੇ ਪੂੰਜੀਪਤੀਆਂ ਨੂੰ ਫਾਇਦਾ ਦਵਾਤਾ ਤੇ ਇਸ ਕਰਕੇ ਇਹ ਖੋਤੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਆਪਾਂ ਅਲੱਗ ਪ੍ਰਦਰਸ਼ਨ ਕੀਤਾ ਨਾਲੇ ਇਹਨਾਂ ਨੂੰ ਫੁੱਲਾਂ ਦੇ ਹਾਰ ਵੀ ਪਾਏ ਗਏ ਤੇ ਨਾਲੇ ਇਹਨਾਂ ਦੇ ਫੁੱਲ ਵੀ ਪਰਛਾਏ ਗਏ ਤੇ ਸਾਰੇ ਸ਼ਹਿਰ ਨੇ ਅਜ ਇਹਨਾਂ ਨੂੰ ਦੇਖਿਆ ਤੇ ਲੋਕਾਂ ਨੇ ਆਹੀ ਸੋਚਿਆ ਕਿ ਸ਼ਾਇਦ ਇਹਨਾਂ ਨੂੰ ਫੁੱਲਾਂ ਦੇ ਹਾਰ ਪਾਣ ਦੇ ਨਾਲ ਇਹ ਖੁਸ਼ ਹੋ ਜਾਣ ਕਿਉਂਕਿ ਇਹ ਮੋਦੀ ਸਰਕਾਰ ਹਮੇਸ਼ਾ ਹੀ ਵਾਹ ਵਾਹ ਲੁੱਟਦੀ ਆ ਤੇ ਇਸ ਕਰਕੇ ਇਹਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਖੋਤਿਆਂ ਦੇ ਬਿਠਾ ਕੇ ਇਹਨਾਂ ਨੂੰ ਸਾਰਾ ਸ਼ਹਿਰ ਕਮਾਇਆ ਗਿਆ ਗੱਲ ਕਹੀ ਅਜੇ ਜੀ ਬਾਰ-ਬਾਰ ਮੀਟ ਕਹਿਣਾ ਦੌਰ ਹੁੰਦਾ ਵਾ ਪਰ ਸਿੱਟਾ ਕੋਈ ਨਹੀਂ ਕੱਦਦਾ ਬਾਰ-ਬਾਰ ਕੇਂਦਰ ਵੱਲ ਕਿਹਾ ਜਾਂਦਾ ਵਾ ਵੀ ਬਿੱਲ ਰੱਦ ਨਹੀਂ ਹੋਣੇ जरा वह सोल की जाऊगी कहना कहते कि जग में जितने जुलम नहीं उतने सहने की ताकत है कांटो के भी शोर में रहकर सच कहने की आदत है मैं सागर से भी गहरा हूँ तुम कितने कंकर फेंकोगे चुन चुन कर आगे बढ़ूँगा मैं तुम मुझको कब तक रोकोगे तुम मुझको कब तक रोकोगे मोदी साहब ਇਹ ਸਾਡੇ ਕਿਸਾਨਾਂ ਦੇ ਵਿੱਚ ਸਹੀ ਦੇ ਆਜਮ ਭਗਤ ਸਿੰਘ ਉਹਨਾਂ ਦਾ ਖੂਨ ਹੈ ਸ਼ਹੀਦ ਉਦਮ ਸਿੰਘ ਉਹਨਾਂ ਦਾ ਖੂਨ ਹੈ ਚੰਦਰ ਸ਼ੇਖਰ ਆਜ਼ਾਦ ਜੀ ਦਾ ਖੂਨ ਹੈ ਆਪਣੇ ਕਰਤਾ ਸਿੰਘ ਸ਼ਰਾਭਾਜੀ ਦਾ ਖੂਨ ਹੈ ਤੁਹਾਡੇ ਡਾਕਟਰ ਭੀਮ ਅੰਬੇਦਕਰ ਸਾਹਿਬ ਦਾ ਖੂਨ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਤੇ ਬਲੀਦਾਨ ਦਿੱਤੇ ਜਿਨ੍ਹਾਂ ਨੇ ਦੇਸ਼ ਨੂੰ ਸੰਵਿਧਾਨ ਦਿੱਤਾ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਕਿਹਾ ਸੀ ਜ਼ੁਲਮ ਕਰਨ ਦੇ ਵਾਲੇ ਸੇ ਜ਼ੁਲਮ ਸਹਣੇ ਵਾਲਾ ਜ਼ਿਆਦਾ ਗੁਨਾਹਗਾਰ ਹੁੰਦਾ ਹੈ ਪੰਜਾਬੀ ਕੇ ਹਿਦੈ ਜੁਲਮ ਨਹੀਂ ਸਹੰਦੇ ਉਹਨਾਂ ਨੂੰ ਭੱਜੀਆਂ ਮੋੜਨੀਆਂ ਆਂਦੀਆਂ ਆ ਜਿਹੜਾ ਤੁਸੀਂ ਸਾਡੇ ਕਿਸਾਨ ਭਰਾਵਾਂ ਤੇ ਪਾਣੀ ਦੀਆਂ ਬੁਸ਼ਾਰਾ ਕੀਤੀਆਂ ਆਸੂ ਗੈਂਦੇ ਗੋਲੇ ਛੱਡੇ ਕਿਸਾਨ ਭਰਾ ਸਾਡਾ ਹੱਕ ਮੰਗਣ ਆਏ ਸੀ ਨਾ ਕਿ ਤੁਹਾਡੇ ਨਾਲ ਜੰਗਾਂ ਲੜਨ ਆਏ ਸੀ ਏਕੇ 47 ਲੈ ਕੇ ਤੁਸੀਂ ਉਹਨਾਂ ਦਾ ਜਿਹੜਾ ਹਾਲ ਕੀਤਾ ਆ ਪੂਰਾ ਵਰਲਡ ਤੁਹਾਡੇ ਤੇ ਲਾਂਦਾ ਪਾ ਰਿਹਾ ਤੇ ਸਾਡੇ ਭਾਰਤ ਦੀਆਂ ਜਿੰਨੀਆਂ ਵੀ ਵਰਲਡ ਦੇ ਵਿੱਚ ਅੰਬੈਸੀਆਂ ਆ ਸਾਰੇ ਜਗ੍ਹਾ ਤੁਹਾਡਾ ਧਰਨੇ ਪਰਚਨ ਹੋ ਰਿਹਾ ਤੇ ਇਸ ਕਰਕੇ ਅਸੀਂ ਇਸ ਦੇਸ਼ ਦੇ ਨਾਗਰਿਕਾਂ ਪੰਜਾਬ ਦੇ ਪੁੱਤਾਂ ਤੇ ਪੰਜਾਬ ਦੀ ਖਾਤਰ ਤੇ ਦੇਸ਼ ਦੀ ਖਾਤਰ ਸਾਡੇ ਨੌਜਵਾਨਾਂ ਦਾ ਖੂਨ ਜਿਹੜਾ ਉਬਾਲੇ ਮਾਰਿਆ ਇਹ ਪ੍ਰਧਾਨ ਮੰਤਰੀ ਦਾ ਖੂਨ ਪਾਣੀ ਹੈ ਜਿਹੜਾ ਇਹਨੂੰ ਦਿਖਦਾ ਨਹੀਂ ਸਾਡੇ ਕਿਸਾਨ ਭਰਾ ਠੰਡਾਂ ਦੇ ਵਿੱਚ ਉਥੇ 18 ਦਿਨ ਤੋਂ ਬੈਠੇ ਪਏ ਆ 12000 ਜਣੇ ਸ਼ਹੀਦ ਹੋ ਚੁੱਕੇ ਆ ਇਹ ਪ੍ਰਧਾਨ ਮੰਤਰੀ ਨੂੰ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਤੇ ਕਾਨੂੰਨ ਉਹਨਾਂ ਨੂੰ ਰੱਦ ਕਰਨਾ ਪਏਗਾ ਕਹਿੰਦੇ ਤੁਸੀਂ ਗੱਲ ਕੀਤੀ ਆ ਸ਼ਹੀਦ ਦੇ ਭਗਤ ਸਿੰਘ ਦੀ ਅੱਥੇ ਗੱਲ ਕੀਤੀ ਆ ਪੰਜਾਬੀਆਂ ਦੇ ਖੂਨ ਦੀ ਅਕਸਰ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਵਾ ਪੰਜਾਬੀਆਂ ਦੇ ਕਿਸ ਤਰ੍ਹਾਂ ਦੇ ਫਿਲਮਾਂ ਆਦਤ ਕੀਤੀਆਂ ਮੀਡੀਆ ਬੰਦੀਆਂ ਬਈ ਉਰਤਾ ਪੰਜਾਬ ਲਈ ਬਣਾਈ ਗਈ ਸੀ ਪਿਛਲੇ ਦਿਨ ਪੰਜਾਬ ਦੇ ਅਤੇ ਦਿਖਾਇਆ ਗਿਆ ਸੀ ਕਿਸ ਤਰ੍ਹਾਂ ਜਿਹੜੀ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਨਸ਼ੇ ਵਿੱਚ ਜਿਹੜੀ ਲਪਟਿਆ ਕਿ ਲੱਗਦਾ ਪੰਜਾਬ ਦੇ ਜਿਹੜੇ ਜਵਾਨ ਜੇ ਨਸ਼ੇ ਵਿੱਚ ਲਿਪਟ ਹੁੰਦੇ ਤੇ ਪਾਣੀ ਦੀਆਂ ਬਿਛਾਣਾ ਜਣੀਆਂ ਜਿਸ ਤਰ੍ਹਾਂ ਖੱਟਾ ਸਕਾਰ ਜਣੀਆਂ ਨੇ ਵਹਾਈਆਂ ਉਹਨਾਂ ਦੇ ਸੀਨੇ ਤੇ ਕਿ ਲੱਗਦਾ ਤੇ ਵੱਡੇ ਵੱਡੇ ਜਿਹੜੇ ਆ ਪਾਣੀ ਦੇ ਵੱਡੇ ਵੱਡੇ ਪੱਥਰ ਜਿਹੜੇ ਨੇ ਅਤੇ ਵੱਡੇ ਵੱਡੇ ਬਿਆਰੀ ਜਿਹੜੇ ਚੁਕਚੁਕ ਮਾਰੇ ਕਿ ਲੱਗਦਾ ਸੀ ਇਹ ਕੰਮ ਛੇੜੀ ਦਾ ਹੁੰਦਾ ਵਾ ਤੁਸੀਂ ਦੇਖੋ ਪਹਿਲਾਂ ਤੇ ਮੈਂ ਸਲੂਟ ਕਰਦਾ ਉਹ ਪੰਜਾਬੀਆਂ ਨੂੰ ਭਰਾਵਾਂ ਨੂੰ ਜਿਹੜੇ ਉਹ 26 27 ਤਰੀਕ ਵਾਲੇ ਦਿਨ ਉਸ ਜਗ੍ਹਾ ਤੇ ਉਹਨਾਂ ਨੇ ਆਪਣਾ ਕਰਤਵਿਅ ਨਿਭਾਇਆ ਤੇ ਸਾਨੂੰ ਬੜਾ ਗਰਮ ਮਹਿਸੂਸ ਹੁੰਦਾ ਕਿ ਅਸੀਂ ਉਹ ਪੰਜਾਬ ਦੀ ਧਰਤੀ ਦੇ ਪੈਦਾਵਰ ਆ ਤੇ ਸਾਡੇ ਪੰਜਾਬ ਦੇ ਗੱਬਰੂਆਂ ਨੇ ਤੇ ਸਾਡੇ ਬਜ਼ੁਰਗਾਂ ਨੇ ਤੇ ਮਾਤਾ-ਵਾਪੇਆਂ ਨੇ ਆਪਣੇ ਹੋਸ਼ ਨੂੰ ਸੰਭਾਲਦੇ ਹੋਏ ਤੇ ਮੁੰਡਿਆਂ ਨੇ ਆਪਣਾ ਜੋਸ਼ ਦਿਖਾਉਂਦੇ ਹੋਏ ਉਸ ਖੱਤਰ ਦੀ ਜ਼ਮੀਨ ਦੇ ਉੱਤੇ ਅੰਗਦ ਵਾਂਗੂ ਇਹ ਪੈਰ ਰੱਖ ਕੇ ਦਿਖਾਇਆ ਤੇ ਐਲਾ ਪੈਰ ਰੱਖਤਾ ਹੀ ਅਸੀਂ ਤੂੰ ਸਾਨੂੰ ਤੋੜ ਕੇ ਦਿਖਾ ਤੇ ਤੂੰ ਸੱਤ ਬੈਰੀਅਰ ਲਾ ਦਿੱਲੀ ਦੇ ਘਰ ਤੇ ਭਾਵੇਂ 10 ਲਾ ਅਸੀਂ ਸਾਰੇ ਬੈਰੀਅਰ ਤੋੜਾਂਗੇ ਤੇ ਖਾਲੀ ਹਟਾਰਿਆਂ ਲੱਗੇ ਸੀ ਨਾ ਕਿ ਉਹ 147 ਲੈ ਕੇ ਗਏ ਸੀ ਤੇ ਤੇਰੇ ਬੈਰੀਅਰ ਵੀ ਢੋੜੇ ਤੇ ਤੇਰੀ ਫਿਲਟਰੀ ਵੀ ਭੁਜਾਈ ਤੇ ਤੇਰੀ ਪੁਲਸ ਵੀ ਭੁਜਾਈ ਤੇ ਤੈਨੂੰ ਐਸਾ ਮਹਿਸੂਸ ਕਰਾਤਾ ਕਿ ਪੰਜਾਬੀਆਂ ਨਾਲ ਪੰਗਾ ਲੈਣਾ ਗਲਤ ਹੈ ਤੇ ਗਲਤ ਪੰਗਾ ਲੈ ਲਿਆ ਤੁਸੀਂ ਪੰਜਾਬ ਨਾਲ ਕਿ ਲੱਗਦਾ ਨਹੀਂ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਬੜਾ ਬੰਦਾਮ ਕੀਤਾ ਜਾਂਦਾ ਹੈ ਨਸ਼ੇ ਨੂੰ ਲੈ ਕੇ ਇਹ ਮੈਂ ਤੁਹਾਡਾ ਕੀ ਕਹਿਣਾ ਵਾ ਤੁਸੀਂ ਦੇਖੋ ਇਹ ਸਾਡੇ ਪੰਜਾਬੀ ਭਰਾ ਗਬਰੂ ਭਰਾ ਆ ਇਹ ਤੁਹਾਨੂੰ ਲੱਗਦਾ ਇਹ ਤੇ ਸੜੀ ਇਹਨਾਂ ਦੇ ਜੋਸ਼ ਦੇਖੋ ਇਹਨਾਂ ਦੀ ਹੌਸ਼ ਦੇਖੋ ਜਿਹੜਾ ਬੰਦਾ ਨਸ਼ੇੜੀ ਹੋਵੇ ਉਹ ਕਦੀ ਤੁਸੀਂ ਦੇਖ ਲਓ ਇੱਕ ਡੰਬਲ ਨਹੀਂ ਚੱਕ ਸਕਦਾ ਇਹਨਾਂ ਨੇ ਬੈਰੀਅਰ ਚੱਕਦੇ ਪੱਥਰ ਚੱਕਦੇ ਬਿਨਾਂ ਕਰੇਨਾਂ ਤੋਂ ਜਿਹੜੇ ਏਡੇ ਏਡੇ ਟੋਏ ਪੜਤੇ ਇਹਨਾਂ ਨੇ ਬੁੱਕਾਂ ਨਹੀਂ ਭਰਤੇ ਲਓ ਉਹ ਜਿਹੜੇ ਮਿੱਟੀਆਂ ਚ ਰੋਲਦੇ ਆ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਆ ਸਰਦੀਆਂ ਗਰਮੀਆਂ ਚ ਰਹਿੰਦੇ ਆ ਉਹਨਾਂ ਨੂੰ ਪਛਾਰੀਆਂ ਕੀ ਬਸ਼ਕ ਕਹਿੰਦੇ ਆ ਕਿ ਜਿਹੜੇ ਸਾਡੇ ਸਰਦਾਰ ਭਰਾ ਸੀ ਸਿੱਖ ਭਰਾ ਮੈਂ ਇੱਕ ਵੀਡੀਓ ਦੇਖੀ ਉਹਨਾਂ ਦੀ ਉਹ ਪਾਣੀ ਦੀ ਬੁਸ਼ਾਰਾ ਮਾਰੇ ਤੇ ਸਿੱਖ ਭਰਾ ਸਾਡੇ ਐ ਬਿੱਠੇ ਸੀਂਦਾ ਤਾਂਗੇ ਲੈ ਮਾਰ ਬਿੱਠੇ ਤੇ ਨਹੀਂ ਖਾਰੇ ਮਾਰ ਰਿਹਾ ਕਿ ਲੈ ਦੇਖ ਦੇਖ ਜਨੂਨ ਸਾਡੇ ਪੰਜਾਬ ਦਾ ਇਹਨੂੰ ਕਹਿੰਦੇ ਪੰਜਾਬ ਦੀ ਜਵਾਨੀ ਇਹਨਾਂ ਨੂੰ ਕਹੋ ਖੱਟਰ ਸਰਕਾਰ ਨੂੰ ਲਿਆ ਆਪਣੇ ਬੱਚੇ ਜਿਹੜੇ ਮੰਤਰੀ ਛਤਰੀ ਬਣਾਈ ਫਿਰਦੇ ਆ ਲਿਆਓ ਖਿਲਾਰੋ ਬਾਰਡਰ ਤੇ ਲਿਓ ਇਹਨਾਂ ਨੂੰ ਮਾਰੋ ਪਾਣੀ ਵਿੱਚ ਇਹ ਓਟ ਓਟ ਜਾਣੇ ਆ ਗਬਾਰੇ ਵਾਂਗੂ ਓ ਓਟ ਕੇ ਜਾਣੇ ਇਹ ਪੰਜਾਬੀ ਆਲੇ ਖੂਨ ਸੀ ਜਿਹੜਾ ਖਲੋ ਗਿਆ ਹਰ ਇੱਕ ਚੈਲਨ ਚੀਜ਼ ਨੂੰ ਚੱਲ ਗਿਆ ਤੇ ਸਾਡੇ ਬਜ਼ੁਰਗ ਜਿਹੜੇ 70 70 ਸਾਲ ਦੇ ਸੀ ਸਾਡੀਆਂ ਮਾਵਾਂ ਭੈਣਾਂ ਸੀ ਜਿੰਨਾਂ ਦੀਆਂ ਚੁੰਨੀਆਂ ਪਾਣੀ ਦੇ ਗੱਲੀਆਂ ਕੀਤੀਆਂ ਬਜ਼ੁਰਗਾ ਦੀਆਂ ਪਗੜੀਆਂ ਰੋਲੀਆਂ ਤੇ ਸਾਡੇ ਜਿਹੜੇ ਬਜ਼ੁਰਗਾ ਉਹਨਾਂ ਨੂੰ ਪਗੜੀਆਂ ਬਚਾਉਣੀਆਂ ਵੀ ਆਉਂਦੀਆਂ ਤੇ ਖੇਤੀ ਬਚਾਉਣੀਆਂ ਵੀ ਹੁੰਦੀਆਂ ਤੇ ਮਾਵਾਂ ਭੈਣਾਂ ਨੂੰ ਸਾਡੀਆਂ ਜਿਹੜੀਆਂ ਇੱਜ਼ਤਾਂ ਦੀ ਹਮੇਸ਼ਾ ਰਾਖੀ ਕੀਤੀ ਜਾਂ ਤੇ ਉਹਨਾਂ ਨੂੰ ਇਹ ਵਡਨਾਮ ਕਰਨ ਵਾਲੇ ਲੋਕ ਇਹ ਅੱਜ ਸਾਡੇ ਦੇਸ਼ ਦੇ ਰੱਖਿਅਕ ਕਰਨ ਵਾਲੇ ਬਣੇ ਪਏ ਆ ਨਿਕਾ ਇਹ ਪੰਜਾਬ ਦੀ ਤੁਸੀਂ ਗੱਲ ਕੀਤੀ ਆ ਜਿੱਥੇ ਪੰਜਾਬ ਦੀ ਜਵਾਨੀ ਗੱਲ ਕੀਤੀ ਆ ਨੌਜਵਾਨੇ ਗੱਲ ਕੀਤੀ ਆ ਉਥੇ ਪੰਜਾਬ ਦਾ ਪੁੱਤਰ ਕਹੇ ਜਾਨਵਰ ਸੰਨੀ ਦੇਵ ਜਿੱਥੇ ਲੋਰ ਸੀ ਪੰਜਾਬੀਆਂ ਨਾਲ ਅੱਜ ਦਿੱਲੀ ਵਿੱਚ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਫਿਲਮਾਂ ਵਿੱਚ ਤੇ ਬੜੇ ਬੜੇ ਡਾਇਰੈਕਟਰ ਬੋਲਦੇ ਨੇ ਤੇ ਅੱਜ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਸੰਨੀ ਦੇਵ ਜੀ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹੂੰਗਾ ਜਦੋਂ ਤੁਸੀਂ ਫਿਲਮਾਂ ਦੇ ਵਿੱਚ ਬੜੇ ਬੜੇ ਵਧੀਆ ਰੋਲ ਕਰਦੇ ਸੀ ਤੇ ਸਾਡੇ ਸਾਰੇ ਇੰਡੀਆ ਦੇ ਪੂਰੇ ਵਰਡਸ ਤੁਸੀਂ ਫੇਮਸ ਸੀ ਤੁਹਾਡੀ ਬੱਲੇ ਬੱਲੇ ਹੁੰਦੀ ਸੀ ਤੁਸੀਂ ਹੀਰੋ ਫਿਲਮ ਬਣਾਈ ਤੁਸੀਂ ਗੱਡਕ ਬਣਾਈ ਤੁਸੀਂ ਆਪਣੇ ਬਹੁਤ ਅੱਛੀਆਂ ਅੱਛੀਆਂ ਫਿਲਮਾਂ ਬਣਾਈਆਂ ਤੇ ਉਹਦੇ ਵਿੱਚ ਤੁਸੀਂ ਕਿਹਾ ਸੀ ਇਹ ਮਜ਼ਦੂਰ ਕਹਾਟੇ ਕਾਕਿਓ ਇਹ ਕੂਨ ਪਸੀਦੇ ਸੇ ਕਬਾਈ ਸ ਬਣਾ ਹੈ ਇਹ ਗੁਲਾਮੀ ਨਹੀਂ ਕਰ ਸਕਤਾ ਸਨੀਦੇਵਲ ਜੀ ਮਜ਼ਦੂਰ ਦਾ ਹੱਥ ਕਿੱਥੇ ਗਿਆ ਤੁਸੀਂ ਗੁਲਾਮੀ ਮਜ਼ਦੂਰ ਨਹੀਂ ਕਰਨੀ ਸੀ ਤੁਸੀਂ ਅਮਰੀਕਪੁਰੀ ਨੂੰ ਜੀ ਨੂੰ ਕਿਹਾ ਸੀ ਮੋਦੀ ਸਾਡੇ ਸਾਹਮਣੇ ਗੁਲਾਮੀ ਕਿਉਂ ਕਰ ਰਹੇ ਹੋ ਤੁਸੀਂ ਕਿਸਾਨ ਤੇ ਮਜ਼ਦੂਰ ਦਾ ਬੇਟਾ ਕਿਹਾ ਸੀ ਆਪਣੇ ਆਪ ਨੂੰ ਹੁਣ ਤੁਸੀਂ ਕਿਹੜੀ ਖੋਟ ਚ ਲੱਗ ਗਏ ਹੋ ਕੱਟਿਆ ਸਾਡਾ ਕੋ ਚੁੰਚ ਚੁੰਨ ਕੇ ਮਾਰੂੰਗਾ ਮੈਂ ਸਨੀ ਦੇਵਲ ਜੀ ਸਤ ਨਹੀਂ ਆਓ ਦੋ ਅੰਬਾਨੀ ਹੈ ਡਾ ਨਹੀਂ ਹੈ ਇੱਕ ਮੋਦੀ ਜੀ ਆ ਇੱਕ ਆਪਣੇ ਅਮਿਤ ਸ਼ਾਹ ਜੀ ਆ ਇੱਕ ਆਪਣੇ ਟਮਰ ਜੀ ਆ ਇੱਕ ਰੇਲ ਮੰਤਰੀ ਜੀ ਇੱਕ ਆਪਣੇ ਪੰਜਾਬ ਦਾ ਵੀ ਮੰਤਰੀ ਸੋਮ ਪ੍ਰਕਾਸ਼ ਜੀ ਆ ਇਹ ਸੱਤ ਹੋ ਗਏ ਪੂਰੇ ਇਹ ਜਿਹੜੇ ਮੀਟਿੰਗਾਂ ਰੋਜ਼ ਕਰੀ ਜਾ ਰਹੀਆਂ ਕਰੀ ਜਾ ਰਹੀਆਂ ਕਰੀ ਜਾ ਰਹੀਆਂ ਚੁੰਨ ਚੁੰਨ ਕੇ ਲੈ ਆਓ ਇਹਨਾਂ ਨੂੰ ਚੁੰਨ ਚੁੰਨ ਕੇ ਮਾਰੋ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੰਜਾਬ ਦੇ ਨਾਲ ਇਹਨਾਂ ਨੇ ਕੀ ਕੀਤਾ ਆ ਧੋਖਾ ਕੀਤਾ ਆ ਤੁਸੀਂ ਗੁਰਦਾਸਪੁਰ ਦਾ ਨਾਂ ਬਰਨਾਮ ਕਰਦਾ ਸਨੀ ਦੇਵਾਲ ਜੀ ਹਾਂ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ 18 ਦਿਨ ਤੋਂ ਤਾਰੀਖ ਤੇ ਤਾਰੀਖ ਪਾਈ ਜਾ ਰਹੇ ਆ ਤੁਹਾਨੂੰ ਕਿਸਾਨਾਂ ਨੂੰ ਦਰਦ ਨਹੀਂ ਦਿਖਦਾ ਕਿਸਾਨ ਸਾਡੇ ਤਰੀਕਾ ਤੇ ਤਰੀਕਾ ਕਰੀ ਜਾਂਦੇ ਮੀਡੀਆ ਨੇ ਮੀਟਿੰਗਾਂ ਕਰੀ ਜਾਂਦੇ ਕਹਿੰਦੇ ਇਨਸਾਨ ਦਾ ਜੰਮੀਰ ਔਰ ਵਜੀਰ ਜਬ ਮਰ ਜਾਏ ਤਾਂ ਖੇਲ ਖਤਮ ਸਮਝੋ ਮੋਦੀ ਸਾਹਿਬ ਸਤਰੰਜ ਖੇਲ ਰਿਹਾ ਸਾਡੇ ਕਿਸਾਨਾਂ ਦੇ ਨਾਲ ਉਹ ਗੇਮਾਂ ਪਲਾਨ ਕਰ ਰਿਹਾ ਤੇ ਮੋਦੀ ਸਾਹਿਬ ਮੋਦੀ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੋਦੀ ਸਾਹਿਬ ਜਿਹੜੇ ਤੁਸੀਂ ਸਤਰੰਜ ਖੇਲ ਰਹੇ ਹੋ ਨਾ ਇਹ ਸਾਡੇ ਪੰਜਾਬੀ ਭਰਾਵਾਂ اورے ਖਿਡਾਰੀ ਆ ਖਿਡਾਰੀਓ ਕੇ ਖਿਡਾਰੀ ਤੇ ਇਸ ਕਰਕੇ ਜਿਹੜੀ ਤੁਸੀਂ ਸਾਡੇ ਕਿਸਾਨਾਂ ਦੇ ਭਰਾਵਾਂ ਨਾਲ ਸਤਰੰਜ ਖੇਲ ਰਹੇ ਹੋ ਨਾ ਤੇ ਇਸ ਕਰਕੇ ਤੁਸੀਂ ਇਹ ਜਿਹੜੀ ਸਤਰੰਜ ਦੀ ਬਾਜ਼ ਨੂੰ ਛੱਡ ਦਿਓ ਤੇ ਆਪ ਸਾਹਮਣੇ ਆ ਜਾਓ ਸਨੀ ਦੇਵਲ ਜੀ ਇੱਕ ਗੱਲ ਮੈਨੂੰ ਹੋਰ ਜ਼ਿਆਦਾ ਆ ਗਈ ਤੇਰਾ ਪਾਕਿਸਤਾਨ ਜਾਏਗਾ ਨਲਕਾਪਟਨੇ ਜਾਏਗਾ ਹਾਂ ਜਨੀ ਦੇਵਲ ਜੀ ਤੁਸੀਂ ਤਾਂ ਬਿਨਾ ਕਾਸ਼ਕਾ ਉਹ ਤਾਂ ਪਹੁੰਚ ਕੇ ਹੀ ਸੰਦੀ ਆਪਣੇ ਪਾਕਿਸਤਾਨ ਹੈ ਅੱਜ ਤੇ ਤੁਹਾਡੇ ਕੋ ਵੀਜ਼ੇ ਵੀ ਆ ਪਾਸਪੋਰਟ ਵੀ ਆ ਦਿੱਲੀ ਦੇ ਇਲਾਕੇ ਤੇ ਕੋਈ ਫਲਾਈਟ ਵੀ ਨਹੀਂ ਚਾਹੀਦੀ ਤੁਸੀਂ ਤਾਂ ਆਪਣੀ ਗੱਡੀ 'ਚ ਵੀ ਜਾ ਸਕਦੇ ਹੋ ਹਾਂ ਮੋਦੀ ਦੇ ਘਰ ਵੀ ਤੁਹਾਡਾ ਨਾਸ਼ਤਾ ਵੀ ਹੁੰਦਾ ਚਾਹ ਪਾਣੀ ਵੀ ਹੁੰਦਾ ਤੇ ਪੁੱਟੋ ਜਾ ਕੇ ਕੁੱਟੋ ਅਰੇ ਪਟੋ ਤੋਂ ਸਾਰੇ ਸੰਸਦ ਦੇ ਨਾਲ ਕੇ ਪੋੜ ਦੋ ਪਾਣੀ ਨਾ ਪੀ ਸਕੇ ਸਾਰੇ ਐਮਪੀ ਸਾਰੇ ਐਮਪੀ ਜਿਹੜੇ ਉੱਥੇ ਬਈ ਫਿਰਦੇ 543 ਐਮਪੀ ਬੈੰਦੇ ਸਾਰਾ ਪਾਣੀ ਬੰਦ ਕਰ ਦਿਓ ਗੱਲ ਕਰੀਏ ਜਿੱਥੇ ਤੁਸੀਂ ਸਨਿਦੋ ਦੀ ਗੱਲ ਕੀਤੀ ਆ ਉੱਥੇ ਜਿਹੜੀ ਫਿਲਮੀ ਅਦਾਕਾਰ ਆ ਕੰਗਣਾ ਰਾਵਤ ਉਹ ਵਾਰ-ਵਾਰ ਜਿਹੜੀ ਆ ਪੰਜਾਬੀਆਂ ਨੂੰ ਬੰਦਨਾਮ ਕਰ ਰਹੀ ਹੈ ਕਦੀ ਅੱਤਵਾਦੀ ਕਹਿੰਦੀ ਹੈ ਕੋ ਆਪਣਾ ਹੱਕ ਲੈਣ ਵਾਸਤੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਉਥੇ ਗਰੁੱਪ ਰਸਣ ਕਰ ਰਹੇ ਨੇ ਅਤੇ ਉੱਥੇ ਕਿਹਾ ਜਾਂਦਾ ਵੀ ਜਿਹੜੀ ਬੀਬੀਆਂ ਉਥੇ ੜੀਆਂ ਆਈਆਂ ਸੰਗ ਦਾ ਵਿੱਚ ਉਹ ਕਹਿੰਦੇ ਨੇ 100-100 ਡਿਆੜੀ ਤੇ ਲੈ ਕੇ ਆਏ ਕੀ ਕਹਿਣਾ ਚਾਹੋਗੇ ਕੰਗਣਾ ਰਾਵਤ ਤੁਸੀਂ ਦੇਖੋ ਜੀ ਜਿਹੜੀ ਕੰਗਣਾ ਰਨਾਵਾਤਾ ਵੇ ਬੀਬੀਆਂ ਜਿਹੜੀ ਫਿਲਮਾਂ ਦੇ ਵਿੱਚ ਟਕੇ ਟਕੇ ਦੇ ਵਿਗਦੀਆਂ ਫਿਰਦੀਆਂ ਕਦੀ ਕਿਤੇ ਫੋਰਾਂ ਚ ਜਾਈ ਫਿਰਦੀਆਂ ਕਦੀ ਕਿਤੇ ਜਾਈ ਫਿਰਦੀਆਂ ਜਿਨ੍ਹਾਂ ਨੂੰ ਪਤਾ ਨਹੀਂ ਮਿਹਨਤ ਕੀ ਹੁੰਦੀ ਆ ਜਿਨ੍ਹਾਂ ਨੂੰ ਪਤਾ ਨਹੀਂ ਸਬਜ਼ੀ ਕੀ ਹੁੰਦੀ ਆ ਕਿਸੇ ਨੂੰ ਇਹਨਾਂ ਨੂੰ ਖਾਣ ਦਾ ਪਤਾ ਕਿ ਆ ਚੀਜ਼ ਕੀ ਹੈ ਕੀ ਹੈ ਜੇ ਕਬ ਖਾਣਾ ਹੋਏ ਤਾਂ ਇਹ ਕੀ ਹੈ ਇਹ ਕੀ ਹੈ ਇਹਨੂੰ ਇਹ ਨਹੀਂ ਪਤਾ ਉਹ ਕਿੱਦਾਂ ਧੁੱਪ ਦੇ ਛਾਂ ਦੇ ਵਿੱਚ ਉਗਦੀ ਆ ਜਿਹੜੀਆਂ ਬੀਬੀਆਂ ਭੈਣਾ ਸਾਡੀ ਮਾਈ ਭਾਗੋ ਦੀਆਂ ਵਾਰਸਾਂ ਜਿਨ੍ਹਾਂ ਨੇ ਠੰਡੇ ਬੁਰਜ ਦੇ ਵਿੱਚ ਗੁਜ਼ਾਰ ਦਿੱਤੀਆਂ ਜਿਨ੍ਹਾਂ ਨੇ ਆਪਣੇ ਪੁੱਤਰੇ ਸਰਬੰਸ ਵਾਰ ਦਿੱਤੇ ਉਹਨਾਂ ਨੂੰ ਇਹ ਵਾਰਸਾਂ ਨੂੰ ਇਹ ਕਹਿੰਦੀ ਸੋਸੋ ਤਾਂ ਰੀਹੜੀ ਦੇ ਉਹ ਸਾਡੀ ਜਿਹੜੀ ਬੀਬੀ ਮਹਿੰਦਰ ਕੌਰ ਸੀ ਉਹਨਾਂ ਨੇ ਕਿਹਾ ਸੀ ਕੰਗਰਾਂ ਨੌਜੀ ਤੁਸੀਂ ਆ ਜਾਓ ਸਾਡੇ ਖੇਤਾਂ 'ਚ ਤੁਹਾਨੂੰ ਰੋਜ਼ ਦਾ 1000 ਰੁਪਿਆ ਮੈਂ ਦੇਵਾਂਗੀ ਤੁਸੀਂ ਮੈਨੂੰ ਸੋਸੋ ਕਹਿ ਰਿਹਾ ਤੇ ਇੱਕ ਸਾਡਾ ਕੋਈ ਜੱਟ ਭਰਾ ਸੀ ਉਹ ਕਿਸਾਨਾਂ ਦੇ ਧਰਨੇ 'ਚ ਦਿੱਲੀ 'ਚ ਬੈਠਾ ਉਹ ਕਹਿੰਦਾ ਮੈਂ ਰੋਜ਼ ਤੈਨੂੰ 50000 ਦਿੰਦਾ ਕਰੇ ਵੀ ਨਾ ਕੁਛ ਇਹ ਆ ਕੇ ਬਹਿ ਜਾਏ ਇੱਕਦਾਂ ਕਿਸਾਨਾਂ ਦੇ ਨਾਲ ਬਹਿ ਜਾਏ ਧਰਨੇ 'ਤੇ ਬਹਿ ਜਾਏ ਤੇ 4 ਮਹੀਨੇ ਤੱਕ ਕਹਿੰਦਾ ਮੈਂ ਦੇਣਦਾ ਨਾ 4 ਮਹੀਨੇ ਨੂੰ ਮੈਂ 50000 ਰੁਪਏ ਦਊਂਗਾ ਇਹੋ ਜਿਹੇ ਭਰਾਵ ਨੂੰ ਵੀ ਮੈਂ ਸਲੂਟ ਤੇ ਆਹੋ ਜੀ ਆ ਬੀਬੀਆਂ ਜਿਹੜੀਆਂ ਮੋਹਲ ਖਰਾਬ ਕਰਦੀਆਂ ਐ ਤਕੇ ਦੀ ਇਹਨਾਂ ਦੀ ਕਾਤ ਨਹੀਂ ਆ ਤੇ ਇਹ ਸਾਡੇ ਪੰਜਾਬ ਦਾ ਮੁਕਾਬਲਾ ਕਰੀ ਫਿਰਦੀਆਂ ਇਹ ਸਾਡੀ ਇੱਕ ਪੰਜਾਬੀ ਭੈਣ ਤੇ ਭਾਵੇਂ ਪੰਜ ਇਹਨਾਂ ਦੀ ਬਾਲੀਵੁੱਡ ਵਾਲੀ ਲੈਓ ਤੇ ਭਾਜਾ ਦੇਣਗੀਆਂ ਤੇ ਇਹਨਾਂ ਨੂੰ ਪਤਾ ਨਹੀਂ ਪੰਜਾਬੀਆਂ ਦੇ ਜਨੂਨ ਦਾ ਤੇ ਹੌਸਲੇ ਦਾ ਗੱਲ ਕਰੀ ਆ लास्ट ਵਾਲਾ ਅਜੇ ਜੀ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਕੀ ਕਹਿਣਾ ਜਾਓਗੇ ਜਿਹੜੇ ਧਰਨੇ ਪ੍ਰਦਰਸ਼ਨ 'ਤੇ ਬੈਠੇ ਆ ਕਿਉਂ ਠੰਡ ਬਹੁਤ ਹੋ ਗਈ ਆ ਮੋਦੀ ਸਰਕਾਰ ਵੱਲ ਕਿਹਾ ਗਿਆ ਸੀ ਵੀ ਦੋ ਸਰ ਦੋ ਮਹੀਨੇ ਲਗਾਤਾ ਜਿਹੜੇ ਇਹ ਕਿਸਾਨ ਜਿਹੜੇ ਨੇ ਉਥੇ ਪੰਜਾਬੀ ਤਰਨਵਿੰਦਰ ਸਿੰਘ ਤਾਂ ਗਿਆ ਉਸ ਤੋਂ ਬਾਅਦ ਦਿੱਲੀ ਚਲ ਗਏ ਸੀ ਪਰ ਮੋਦੀ ਸਰਕਾਰ ਨੂੰ ਇਹ ਲੱਗਦਾ ਸੀ ਵੀ ਕਿਸਾਨ ਜਿਹੜੇ ਨੇ ਉਹ ਦੋ ਚਾਰ ਦਿਨ ਰਹਿਣਗੇ ਹਫਤਾ ਰਹਿਣਗੇ ਉਤੋਂ ਬਾਅਦ ਵਾਪਸ ਅਜਾਂਗੇ ਕਿ ਉੱਥੇ ਕੋਈ ਖਾਣ ਪੀਣ ਦਾ ਕੋਈ ਇਜਾਮ ਨਹੀਂ ਰਹਿਣਾ ਤੇ ਇਜਾਮ ਨਹੀਂ ਪਰ ਹੁਣ ਦਿੱਲੀ ਵਿੱਚ ਆਣ ਲੱਗਦਾ ਜਿਵੇਂ ਵੀ ਪੰਜਮੀਨੀ ਜਿਹੜਾ ਪੰਜਾਬ ਬਣਾ ਗਿਆ ਹਰ ਕੋਈ ਜਿਹੜਾ ਵਾ ਉੱਥੇ ਪਹੁੰਚ ਗਿਆ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜਿਹੜੇ ਬਦਾਮਾ ਲੰਗਰ ਲਗਾਏ ਗਏ ਨੇ ਇਹਦੇ ਬਾਰੇ ਤੁਹਾਡਾ ਕੀ ਆਣਾ ਕਿਨੇ ਕਿ ਬੇਹਿੰਮਤੇ ਨੇ ਲੋਕ ਜਿਹੜੇ ਬਹਿ ਕੇ ਸ਼ਿਕਵਾ ਕਰਨ ਆਪਣੇ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਮੰਜ਼ਿਲ ਦੇ ਸਿਰਾ ਤੇ ਉੱਤੇ ਤਕਤੀ ਲੱਗਦੀ ਉਹਨਾਂ ਦੀ ਜਿਹੜੇ ਘਰੋ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਤੇ ਇਸ ਕਰਕੇ ਜਿਹੜੇ ਸਾਡੇ ਪੰਜਾਬੀ ਭਰਾ ਜਿਹੜੇ ਸਾਡੇ ਪੰਜਾਬੀ ਭਰਾ ਆਪਣਾ ਰਸਤਾ ਖੁਦ ਬਣਾ ਕੇ ਗਏ ਮੰਜ਼ਿਲ ਖੁਦ ਬਣਾ ਕੇ ਤੇ ਮਿੰਨੀ ਪੰਜਾਬ ਅਜ ਬਣਾਤਾ ਜਿਹੜਾ ਸਿੰਘੂ ਬਾਰਡਰ ਆ ਤੇ ਕੱਲ ਲੱਖੇ ਸੁਧਾਰੇ ਉਹਨਾਂ ਨੇ ਕਿਹਾ ਇਹ ਸਿੰਘੂ ਬਾਰਡਰ ਨਹੀਂ ਏ ਇਹ ਸਿੰਘਾ ਦਾ ਬਾਰਡਰ ਹੋ ਗਿਆ ਇਹਨੂੰ ਪਾਰ ਕਰਨ ਵਾਸਤੇ ਇਹ ਮੋਦੀ ਸਰਕਾਰ ਨੂੰ ਸੋਚਣਾ ਪਏਗਾ ਤੇ ਨਹੀਂ ਤਾਂ ਜਿਹੜੀ ਇਹਨੇ ਮੀਟਿੰਗ ਕਰਨੀਆਂ ਹੁਣ ਸਿੰਘਾ ਦੇ ਬਾਰਡਰ ਤੇ ਹੀ ਹੋਏਗੀ ਇਹਦੀ ਮੇਟੇਬਲਾਂ ਤੇ ਨਹੀਂ ਹੋਏਗੀ ਬੜੀ ਹੋਊਗੀ ਟੇਬਲਾਂ ਤੇ ਮੀਟਿੰਗਾਂ ਤੇ ਇਹਨਾਂ ਨੂੰ ਚਾਹੀਦਾ ਉਥੇ ਮੇਲਾ ਲੱਗਿਆ ਹੀ ਤੇ ਲੋਕਾਂ ਨੂੰ ਪਰਵਾਹ ਨਹੀਂ ਆ ਕੋਈ ਧਰਨੀਆਂ ਧੁਰਨੀਆਂ ਦੀ ਇਹ ਲੋਕ ਸਾਡਿਆਂ ਨੂੰ ਕੋਈ ਘਾਟਾ ਨਹੀਂ ਆ ਨਾ ਰਸਨ ਦਾ ਘਾਟਾ ਤੇ ਨਾ ਉਹਨਾਂ ਨੂੰ ਪਾਣੀ ਦਾ ਘਾਟਾ ਆਈ ਤੇ ਨਾ ਇਹਨਾਂ ਨੂੰ ਖਾਣ ਦਾ ਘਾਟਾ ਆਈ ਸਾਡੀਆਂ ਸਮਾਜ ਸੇਵਾ ਸੁਸਾਇਟੀਆਂ ਜਿਹੜੀਆਂ ਬਾਹਰ ਦੇ ਮੁਲਕਾਂ ਦੀਆਂ ਉਹ ਤਾਂ ਜਿਹੜੀਆਂ ਇੱਥੋਂ ਸ਼ਹਿਰ ਦੀਆਂ ਵੀ ਤੇ ਜਿਹੜੇ ਆਪਣੇ ਦੇ ਦਿਆਂ ਖਾਲਸਾ ਸਾਡੇ ਲਾ ਲੋ ਕਨ੍ਹਈਆ ਸਿੰਘ ਸੁਸਾਇਟੀ ਲਾ ਲੋ ਹੋਰ ਪੰਜਾਬ ਦੀਆਂ ਜਿਹੜੀਆਂ ਸੁਸਤਾਵਾ ਜਿਹੜੇ ਪੰਜਾਬ ਦੇ ਸਾਡੇ ਨਾਨੀ ਸੱਜਣ ਓਏ ਉਹ ਤਾਂ ਮੇਲਾ ਸਮਝ ਕੇ ਬੈਠੇ ਆ ਉਹ ਕਹਿੰਦੇ ਕੋਈ ਗੱਲ ਨਹੀਂ ਭਾਵੇਂ 6 ਮਹੀਨੇ ਲੱਗ ਜਾਣ ਤੇ ਭਾਵੇਂ ਸਾਲ ਲੱਗ ਜਾਣ ਅਸੀਂ ਇੱਥੇ ਬਹਿ ਗਏ ਆ ਤੇ ਦਿੱਲੀ ਦੀ ਹਕਦੇ ਉੱਤੇ ਆ ਗਏ ਪਾ ਮੰਜੇ ਤੇ ਲਾਗੇ ਬੈ ਗਏ ਆ ਮੋਦੀ ਸਾਹਿਬ ਨੂੰ ਜੇ ਦਿੱਲੀ ਬਚਾਣੀ ਆ ਤੇ ਸਾਡੇ ਕੋ ਮਾਫੀ ਮੰਗੇ ਤੇ ਤਿੰਨੇ ਕਾਨੂੰਨ ਕਾਲੇ ਰੱਦ ਕਰੇ ਬੋ ਬਤਨਵਾਦੀ ਇਸੇ ਤਰ੍ਹਾਂ ਗੱਲਬਾਤ ਕੀਤੀ ਜਿਹੜੇ ਕੀ ਨੌਜਵਾਨ ਨੇ ਜਿਨ੍ਹਾਂ ਦੇ ਵਿੱਚ ਜੋਸ਼ ਸੀ ਦੇਖਿਆ ਕਿ ਕਿਸ ਤਰ੍ਹਾਂ ਜਿਹੜੀਆਂ ਮੋਦੀ ਸਰਕਾਰ ਨੂੰ ਅਤੇ ਸਨਹੀ ਦੀਵ ਨੂੰ ਜਿਹੜਾ ਪੰਜਾਬ ਦਾ ਪੁੱਤਰ ਕਿ ਆ ਜਾਂਦਾ ਉਸ ਨੂੰ ਕਿੰਨੀਆਂ ਲਾਂਤਾਂ ਪਾਈਆਂ ਅਤੇ ਮੋਦੀ ਸਰਕਾਰ ਨੂੰ ਕਿਹਾ ਕਿ ਜੇਕਰ ਨਾ ਜਿਹੜੇ ਕਾਨੂੰਨ ਜਿਹੜੇ ਕਾਨੂੰਨ ਨਾ ਰੱਦ ਨਾ ਕੀਤੇ ਗਏ ਤਾਂ ਇਸੇ ਤਰ੍ਹਾਂ ਜਿਹੜੇ ਤਨੇ ਪ੍ਰਦਰਸ਼ਨ ਚੱਲਦੇ ਰਹਿਣਗੇ ਅਮਰ ਸਾਹ ਤੋਂ ਸਟਾਰਕ ਨੈਟਿਵ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ